बुलारिया पार्क के बाहर गोली चलाने वाले दो काबू। थाना बी डिवीजन ने आरोपियों का लिया पुलिस रिमांड। थाना बी डिवीजन के अंतर्गत पड़ते बुलारिया पार्क में 7 मार्च को एक परिवार पर गोली चलाने वाले दो लोगों को पुलिस ने गिरफ्तार किया है। थाना बी डिवीजन के SHO ने बताया कि आरोपियों की पहचान गुरप्रीत सिंह व जोबनप्रीत सिंह के रूप में हुई है। आरोपियों से 32 बोर का रिवॉल्वर भी बरामद किया गया है। दोनों आरोपियों को माननीय अदालत में पेश कर पुलिस रिमांड लिया गया है। 7 ते 21 ਨੂੰ ਸਾਡੇ ਇਸ ਜਗਦੀਸ਼ ਰਾਜ ਇਲਾਕੇ ਵਿੱਚ ਸੀਗਾ ਅਤੇ ਉਹਨਾਂ ਪਾਸ ਜਾਨਵਿਜ ਨਾਂ ਦੇ ਵਿਅਕਤੀ ਨੇ ਆ ਕੇ ਬਿਆਨ ਦਿੱਤਾ ਵੀ ਉਹ ਅਤੇ ਆਪਣੇ ਪਰਿਵਾਰ ਸਮੇਤ ਬੁਲਾਰੀਆ ਪਾਰਕ ਦੇ ਓਪੋਜ਼ਿਟ ਉਹ ਆਈਸਕ੍ਰੀਮ ਖਾ ਰਹੇ ਸੀ। ਕਰੀਬ 11:15 ਦਾ ਟਾਈਮ ਸੀਗਾ ਅਤੇ ਉੱਥੇ ਦੋ ਨੌਜਵਾਨ ਜਿਹੜੇ ਉਹ ਆਏ ਜਿਨ੍ਹਾਂ ਦੇ ਨਾਲ ਉਹਨਾਂ ਦਾ ਤਕਰਾਰ ਹੋ ਗਿਆ। ਇਹ ਦੋਵੇਂ ਨੌਜਵਾਨ ਗੁਰਪ੍ਰੀਤ ਸਿੰਘ ਅਤੇ ਜੋਬਨਪ੍ਰੀਤ ਸਿੰਘ ਨਾਂ ਦੇ ਬੰਦੇ ਸੀਗੇ ਔਰ ਦੋਵੇਂ ਹੀ ਤਰਨ ਤਾਰਨ ਰੋਡ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਅਤੇ ਜਿੱਥੇ ਗੁਰਪ੍ਰੀਤ ਸਿੰਘ ਨੇ ਤਕਰਾਰ 'ਚ ਆ ਕੇ ਔਰ ਫਾਇਰ ਕੀਤਾ ਜਿਹੜਾ ਜਾਨਵਿਜ ਦੀ ਮਾਤਾ ਪੀਤੂ ਵਿਜ ਦੀ ਜਿਹੜੇ ਸੱਜੀ ਵੱਖੀ 'ਚ ਲੱਗਿਆ, ਜਿਸ 'ਤੇ ਮੁਕੱਦਮਾ ਨੰਬਰ 70 ਅਧੀਨ ਧਾਰਾ 307 IPC 25 ਆਰਮ ਐਕਟ ਥਾਣਾ ਬੀ ਡਿਵੀਜ਼ਨ ਦਰਜ ਰਜਿਸਟਰ ਕਰਕੇ ASI ਜਗਦੀਸ਼ ਕੁਮਾਰ ਵੱਲੋਂ ਮੁਕੱਦਮੇ ਦੇ ਵਿੱਚ ਲੜੀਂਦੇ ਦੋਵੇਂ ਦੋਸ਼ੀ ਜੋਬਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਦੋਸ਼ੀਆਂ ਵੱਲੋਂ ਵਰਤਿਆ ਹੋਇਆ ਰਿਵਾਲਵਰ 32 ਬੋਰ ਔਰ 2 ਕਾਰਾਂ, ਇੱਕ ਵਰਨਾ ਕਾਰ ਔਰ ਇੱਕ ਮਸਡੀ ਕਾਰ ਜਿਹੜੀ ਆ ਇਹ ਮੌਕੇ ਤੋਂ ਬਰਾਮਦ ਕਰ ਲਈ ਆ ਔਰ ਦੋਵਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਜਿਨ੍ਹਾਂ ਦੀ ਅੱਗੇ ਪੁੱਛਗਿੱਛ ਜਾਰੀ ਆ। ਧੰਨਵਾਦ।